ਬਹੁਤ ਸਾਰੇ ਦਿਨ ਲੱਗੇ ਨੇ ਅਲਹਮਦੁਲਿਲਾ ਸਾਡਾ ਚੁੱਲ੍ਹਾ ਖੁਸ਼ਕ ਹੋ ਗਿਆ ਸੀ ਔਰ ਹੁਣ ਜੀ ਕਲਰ ਹੈ ਜੀ ਲਾਲ ਅਤੇ ਪੀਲਾ ਇਹਨੂੰ ਕਲਰ ਵਗੈਰਾ ਕਰਕੇ ਇਹਨੂੰ ਬਣਾਉਂਦੇ ਹਾਂ ਜੀ ਖੂਬਸੂਰਤ ਕਰਕੇ ਔਰ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਫਾਈਨਲ ਲੁੱਕ ਇਹਦੀ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ ਕਲਰ ਅਲਹਮਦੁਲਿਲਾ ਹੱਲ ਹੋ ਚੁੱਕਿਆ ਔਰ ਹੁਣ ਇਹਦਾ ਇਹ ਜਿਹੜੇ ਡਿਜ਼ਾਇਨ ਬਣਾਇਆ ਸੀ ਨਾ ਇਹਦੇ ਸੈਂਟਰ ਦੇ ਵਿੱਚ ਕੁਛ ਇਸ ਤਰੀਕੇ ਜਿਹੜਾ ਹੈਗਾ ਨਾ ਕਲਰ ਕਰਨੇ ਨੇ ਮਾਸ਼ਾਅੱਲਾ ਬੜੇ ਪਿਆਰੇ ਲੱਗਣਗੇ ਜਦੋਂ ਮੁਕੰਮਲ ਹੋ ਜਾਵੇ ਜੀ ਤੁਸੀਂ ਦੇਖਣਾ ਇਨਸ਼ਾਅੱਲਾ ਰੈੱਡ ਕਲਰ ਜਿਹੜਾ ਹੈਗਾ ਨਾ ਅਲਹਮਦੁਲਿਲਾ ਪੂਰਾ ਕੰਪਲੀਟ ਹੋ ਚੁੱਕਿਆ ਹੈ ਔਰ ਦੇਖੋ ਕਿੰਨਾ ਮਾਸ਼ਾਅੱਲਾ ਪਿਆਰਾ ਲੱਗ ਰਿਹਾ ਜ਼ਬਰਦਸਤ ਚੁੱਲ੍ਹਾ ਲੱਗ ਰਿਹਾ ਮਾਸ਼ਾਅੱਲਾ ਔਰ ਹੁਣ ਇਹ ਵਾਲਾ ਜਿਹੜਾ ਹੈਗਾ ਨਾ ਕਲਰ ਲਾਉਣਾ ਹੁਣ ਵਾਰੀ ਆ ਗਈ ਹੈ ਜੀ ਪੀਲੇ ਰੰਗ ਦੀ ਔਰ ਪੀਲਾ ਰੰਗ ਕਿੱਥੇ ਲਾਉਣਾ ਉਹ ਤੁਹਾਨੂੰ ਮੈਂ ਦੱਸਦਾ ਹੁਣ ਬਿਸਮਿਲ੍ਲਾ ਰਹਿਮਾਨ ਰਹੀਮ ਬਿਲਕੁਲ ਰੈਡੀ ਹੋ ਗਿਆ ਇਹ ਉੱਪਰ ਵਾਲੀ ਸਾਈਡ ਜਿਹੜੀ ਹੈ ਨਾ ਹੁਣ ਕਰਨੀ ਹੈ ਜੀ ਪੀਲਾ ਕਲਰ ਅਲਹਮਦੁਲਿਲਾ ਜੀ ਮਾਸ਼ਾਅੱਲਾ ਰੰਗ ਕਰਨ ਤੋਂ ਬਾਅਦ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਚੁੱਲ੍ਹਾ ਔਰ ਅੱਛਾ ਲੱਗੇ ਤਾਂ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਕਰ ਦੇਣਾ ਬਹੁਤ ਸ਼ੁਕਰੀਆ ਥੈਂਕ ਯੂ।